ਹੁਕਮ ਕਰੂਗੀ ਅਸੀਂ ਪਾਰਟੀ ਤੋਂ ਬਾਹਰ ਹੈ ਹੀ ਨਹੀਂ ਇੱਕ ਰਾਣਾ ਗੁਰਜੀਤ ਬਾਰੇ ਜਿਵੇਂ ਲੈਟਰ ਲਿਖਿਆ ਗਿਆ ਦੁਆਬਾ ਦੇ ਵਿਧਾਇਕਾਂ ਵੱਲੋਂ ਤੁਹਾਨੂੰ ਲੱਗਦਾ ਫੈਸਲੇ ਨਵਜੋਤ ਸਿੰਘ ਸਿੱਧੂ ਲੈ ਰਹੇ ਨੇ ਦੇਖੋ ਪ੍ਰਧਾਨ ਸਾਹਿਬ ਬੜੇ ਸਿਆਣੇ ਨੇ ਸਾਡੇ ਇਹ 'ਚ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਆਪਦਾ ਤੁਹਾਨੂੰ ਦਰਦ ਦੱਸਿਆ ਵੀ ਸਾਡਾ ਜਿਹੜਾ ਨਾ ਅਸੀਂ ਸੋਚ ਰਹੇ ਹਾਂ ਵੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਮੁੱਖ ਮੰਤਰੀ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਹੈ ਅਸੀਂ ਬਾਗੀ ਨਹੀਂ ਹੋਏ ਅੱਜ ਤੱਕ ਪਾਰਟੀ ਦੇ ਖਿਲਾਫ ਨਹੀਂ ਹੋਏ ਅੱਜ ਤੱਕ ਸਾਡੇ ਕੋਈ ਅਖਬਾਰ 'ਚ ਮੇਰੇ ਕੋਈ ਆਪੋਜੀਸ਼ਨ ਦਾ ਕਿਤੇ ਵਿਧਾਨ ਸਭਾ ਦੇ ਵਿੱਚ ਕਿਤੇ ਪ੍ਰੈਸ ਕਾਨਫਰੰਸ ਕਿਤੇ ਆ ਪੜਿਆ ਨੇ ਕਿਤੇ ਮੇਰਾ ਅੱਜ ਤੱਕ ਕੋਈ ਮਾੜਾ ਚੰਗਾ ਕਿਹਾ ਹੋਵੇ ਹਾਂਜੀ ਕਹਿੰਦੇ ਸੀ ਕਿ ਮੈਂ ਮੇਰੇ ਖਾਸਮ ਖਾਸ ਸਾਥੀਆਂ ਨਾਲ ਫੈਸਲਾ ਕਰੂੰਗਾ ਮਿਲ ਕੇ ਉਹਨਾਂ ਵਾਲੇ ਆਪਸ਼ਨਸ ਬਹੁਤ ਸੀ ਮੀਟਿੰਗ ਹੋਈ ਹੈ ਤੁਹਾਡੀ ਉਹਨਾਂ ਨਾਲ ਦੇਖੋ ਗੱਲ ਇਹ ਹੈ ਅਸੀਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹੈ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਵਿੱਚ ਹੀ ਹੈ ਇਸ ਕਰਕੇ ਅਸੀਂ ਜੋ ਸਾਨੂੰ ਹਾਈ ਕਮਾਂਡ ਕਹੂਗੀ ਅਸੀਂ ਅਸੀਂ ਫੈਸਲਾ ਕੁਛ ਨਹੀਂ ਲੈਂਦੇ ਅਸੀਂ ਕੋਈ ਐਸਾ ਫੈਸਲਾ ਨਹੀਂ ਲੈਂਦੇ ਅਸੀਂ ਹਾਈ ਕਮਾਂਡ ਦੇ ਨਾਲ ਨਵਜੋਤ ਸਿੰਘ ਸਿੱਧੂ ਲੈ ਰਹੇ ਨੇ ਨਹੀਂ ਨਹੀਂ ਕੋਈ ਨਹੀਂ ਕੋਈ ਲੈਟਰ ਕਿਉਂ ਲਿਖੇ ਗਿਆ ਦੁਆਬੇ ਦੇ ਵਿਧਾਇਕਾਂ ਨੇ ਲੈਟਰ ਲਿਖਿਆ ਨਵਜੋਤ ਸਿੰਘ ਸਿੱਧੂ ਉਹਨਾਂ ਤੋਂ ਪੁੱਛਿਆ ਜਾਵੇ ਮਿਲ ਜਾਵੇ ਉਦੋਂ ਹਾਈਕਮਾਂਡ ਪਾਰਟੀ ਸਾਡੇ ਚੀਫ ਮਿਨਿਸਟਰ ਮੁੱਖ ਮੰਤਰੀ ਸਾਹਿਬ ਸੀ ਕੈਪਟਨ ਅਮਰਿੰਦਰ ਸਿੰਘ ਸੀ ਉਹ ਜਦੋਂ ਜਾਂਦਾ ਫੈਸਲਾ ਹੁੰਦਾ ਸਰਕਾਰ ਦੇ ਵਿੱਚ ਪਾਰਟੀ ਪ੍ਰਤੀ ਉਹ ਨੋਟ ਚਲਿਆ ਜਾਂਦਾ ਕੋਈ ਨਜ਼ਦੀਕੀ ਹੋਣੇ ਕੀ ਵਜ੍ਹਾ ਸੇ ਲੱਗਤਾ ਸਜ਼ਾ ਮਿਲੀ ਹੈ ਮੈਨੂੰ ਤਾਂ ਇਹੀ ਲੱਗਦਾ ਵੀ ਮੈਂ ਅਸੀਂ ਕੈਪਟਨ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਸੀ ਅਸੀਂ ਦੇਖੋ ਕੈਪਟਨ ਸਾਹਿਬ ਕੀ ਨਹੀਂ ਦਿੱਤਾ ਸੀ ਹਾਈਕਮਾਂਡ ਨੇ ਦਿੱਤਾ ਸੀ ਅਸੀਂ ਉਹਨਾਂ ਦਾ ਨੁਕਸਾਨ ਹੋ ਸਕਦਾ ਕਾਂਗਰਸ ਨੂੰ ਤੁਹਾਨੂੰ ਕੀ ਲੱਗਦਾ ਦੇਖੋ ਇਹਦਾ ਸਮੇਂ